ਮੇਰੀ ਸੁਣ ਲਓ ਗੱਲ, ਇੱਥੇ ਧਿਆਨ ਨਾਲ ਬੈਠੇ ਹੋ ਮੇਰਾ ਵੀਰ, ਤੇ ਪਤਾ ਨਾ ਲੱਗਿਆ ਆਪਣਾ ਸਰਕਾਰੀ ਸਕੂਲ ਚ ਪੜ੍ਹੇ ਹੋਏ ਆ, ਇਹਨਾਂ ਨੇ ਆਪਾਂ ਨੂੰ ਕਰ ਦੇਣਾ ਤੇ ਫੀਸ ਵੀ ਵੱਧ ਲੈਣਗੇ ਆਪਣੇ ਤੋਂ, ਕੋਈ ਗੱਲ ਨੀ ਵੱਡੇ ਵੱਡੇ ਸਕੂਲਾਂ ਦੇ ਨਾਮ ਲਵਾਂਗੇ ਆਪਾਂ। ਹਾਂ ਇੱਕ ਗੱਲ ਹੋਰ, ਉਹਨਾਂ ਨੂੰ ਮਤਲਬ ਪਰਸਨੈਲਿਟੀ ਰੱਖਿਓ ਆਪਦੀ ਪੂਰੀ ਵਧੀਆ, ਅੰਗਰੇਜ਼ੀ ਦਾ ਅਖਬਾਰ ਵੱਡੇ ਸਕੂਲਾਂ ਦੇ ਵਿੱਚ ਆਏ ਹੋਏ ਜੀ ਪੜ੍ਹ ਕੇ, ਇਹ ਤਾਂ ਕਰ ਲੈਣਾ ਪੂਰੇ ਵੱਡੇ ਸਕੂਲ ਚ ਪ੍ਰੋਫੈਸ਼ਨਲ ਸਕੂਲ ਚ ਪੜ੍ਹੇ, ਇਹ ਤਾਂ ਬਸ ਫਾਰਮੂਲੇ ਸਿੱਖਣਾ ਹੈ। ਐਕਸਕਿਊਜ਼ ਮੀ, ਕਿਹੜੇ ਫਾਰਮੂਲੇ? ਤੁਸੀਂ ਇੱਥੇ ਇੰਗਲਿਸ਼ ਸਿੱਖਣ ਆਏ ਹੋ ਜਾਂ ਮੈਥ ਸਿੱਖਣ ਆਏ ਹੋ? ਸਕੂਲ ਦਾ ਨਾਮ ਕੀ ਆ ਤੁਹਾਡੇ? ਓਏ ਮੈਨੂੰ ਪਤਾ ਨਾ ਲੱਗ ਜੀ ਵੀ ਆਪਾਂ ਸਰਕਾਰੀ ਸਕੂਲ 'ਚ ਪੜ੍ਹੇ ਹਾਂ, ਉਹ ਸਕੂਲ ਦਾ ਨਾਮ ਦੱਸ ਜਿਹੜਾ ਨੂੰ ਪਤਾ ਨਾ ਹੋਵੇ। ਸਰ ਅਸੀਂ ਪੜ੍ਹਿਆ ਜੀ ਮਸਤ ਕਲੰਦਰ ਪਬਲਿਕ ਸਕੂਲ। ਇਹ ਕਿਹੜਾ ਸਕੂਲ ਆ ਪੁੱਤ, ਮੈਂ ਤਾਂ ਕਦੇ ਸੁਣਿਆ ਨਹੀਂ। ਹੈਗਾ ਸਰ ਇਹ ਹੈਗਾ ਲੁਧਿਆਣੇ 'ਚ ਆ ਜੀ, ਮਤਲਬ ਵਧੀਆ ਵਧੀਆ ਸਟੂਡੈਂਟ ਪੜ੍ਹਦੇ, ਇਹਨਾਂ ਦੀ ਹਾਈ ਪਰਸੈਂਟੇਜ ਹੁੰਦੀ ਆ ਜੀ, ਜਣਾ ਖਾਣਾ ਥੋੜ੍ਹੀ ਹੁੰਦਾ, ਵੀ ਵੀ ਆਈ ਪੀ ਸਟੂਡੈਂਟ ਪੜ੍ਹਦੇ ਆ ਜੀ ਉੱਥੇ, ਉਹਨੂੰ ਪਤਾ ਕੋਈ ਨਹੀਂ, ਜਮਾ ਹੀ ਨਹੀਂ ਜੀ ਕੁੱਟਦੇ ਆ ਜੀ, ਕੋਈ ਮੂਹਰੋਂ ਨਿਕਲਦੇ ਨਾ ਲੈਣ ਦੇ ਬਾਅਦ, ਆਪਣਾ ਪਹਿਲਾਂ ਮਾਸਟ ਸ਼ੀਟ ਉਹਦੀ ਚੈੱਕ ਕਰਦੇ ਆ। ਇਹ ਮੈਂ ਸੁਣਿਆ ਤਾਂ ਹੈ ਨਹੀਂ ਵੈਸੇ, ਸਕੂਲ ਦਾ ਬੋਰਡ ਕਿਹੜਾ ਸੀ? ਬੋਰਡ ਥੱਲੇ ਪੜ੍ਹੇ ਜੀ। ਆਈ ਮੀਨ ਸਰ ਇਹਦਾ ਮਤਲਬ ਵੀ ਬਲੈਕ ਬੋਰਡ 'ਤੇ ਪੜ੍ਹੇ ਜੀ। ਚਾਹੇ ਗਾਲ ਪਾ ਦਿਓ ਜੀ, ਬਲੈਕ ਬੋਰਡ ਉਹ ਮੇਰਾ ਮਤਲਬ ਕਿਹੜੇ ਬੋਰਡ 'ਚ ਪੜ੍ਹੇ ਹੋ, ਪੰਜਾਬ ਬੋਰਡ ਜਾਂ ਸੀ ਬੀ ਐਸ ਈ? ਹਾਂ ਆਹੀ ਆਹੀ ਜਿਹੜਾ ਬਾਅਦ 'ਚ ਬੋਲਿਆ ਸੀਗਾ ਜੀ। ਹੈ ਕਿਹੜਾ? ਸੀ ਸੀ ਟੀ ਵੀ ਬੋਰਡ। ਹਾਂ ਹਾਂਜੀ ਆਹੀ ਆਹੀ। ਆਰ ਯੂ ਕਿਡਿੰਗ ਮੀ? ਓ ਨੋ ਸਰ, ਅਸੀਂ ਮਜ਼ਾਕ ਕਰ ਰਹੇ ਸੀਗੇ ਜੀ। ਚਲੋ ਹੁਣ ਆਪਾਂ ਜਾ ਕੇ ਪੜ੍ਹਦੇ ਹਾਂ। ਹਾਂ ਵੀ ਬੱਚਿਓ, ਪਹਿਲਾਂ ਕਦੇ ਕੀਤੀ ਆਇਲਸ? ਮੇਰੀ ਗੱਲ ਸੁਣੋ ਸਰ, ਸਾਡੇ ਬਾਰੇ ਤੁਸੀਂ ਇੰਨਾ ਕੋ ਪੁੱਛ ਲਿਆ, ਤੁਸੀਂ ਦੱਸੋ ਤੁਸੀਂ ਕਿਸੇ ਨੂੰ ਪੜ੍ਹਾਇਆ ਕਦੇ ਕਿ ਨਹੀਂ? ਕੀ ਮਤਲਬ ਆ ਤੁਹਾਡਾ? ਯਾਰ ਆਪਣਾ ਤਾਂ ਫਰਜ਼ ਬਣਦਾ ਪੁੱਛਣ ਦਾ, ਹੁਣ ਕੱਲ੍ਹ ਵੀ ਸਾਨੂੰ ਹੁਸ਼ਿਆਰੀ ਬਿਹਾਰੀ ਗਲਤ ਲਿਖਾਤੀ, ਸਾਡਾ ਤਾਂ ਫਿਊਚਰ ਗਿਆ ਨਾ ਜੀ ਉੱਥੇ। ਹੁਸ਼ਿਆਰੀ ਬਿਹਾਰੀ ਨਹੀਂ ਹੁੰਦੀ ਇਹ 'ਚ, ਹੋਰ ਕੀ ਇਹ 'ਚ, ਕੰਨਾ ਕਨੌੜਾ ਹੁੰਦਾ ਫਿਰ ਵੀ ਯਾਰ ਮੁਸ਼ਕਿਲ ਆ ਕੰਮ। ਭਰਾਵਾ ਕੰਨਾ ਕਨੌੜਾ ਕਿੱਥੇ ਹੁੰਦਾ ਇਹ 'ਚ, ਇੰਗਲਿਸ਼ ਹੁੰਦੀ ਆ ਪੂਰੀ। ਅੱਛਾ ਇੰਗਲਿਸ਼ ਹੁੰਦੀ, ਉਹ ਤਾਂ ਆਪਣਾ ਆਉਂਦੀ ਆ, ਕੋਈ ਚੱਕਰ ਨਹੀਂ, ਪੜਾਓ ਪੜਾਓ ਜੀ, ਕੋਈ ਚੱਕਰ ਹੀ ਨਹੀਂ। ਹਾਂ ਓਏ ਭੋਲੇ ਪੰਛੀਓ, ਇਹਦੇ ਵਿੱਚ ਮਾਤਰਾ ਹੁੰਦੀਆਂ। ਓ ਨੋ ਭਰਾਵਾ, ਤੂੰ ਗਾਣਾ ਨਹੀਂ ਸੁਣਿਆ, ਬੰਦੇ ਮਾਤਰਾ ਬੰਦੇ ਮਾਤਰਾ? ਉਹ ਬੰਦੇ ਮਾਤਰਾ ਹੁੰਦਾ ਉਹ ਥਾਲਿਆ। ਉਹ ਮੇਰਿਆ ਸਾਲਿਆ, ਮੈਂ ਤੇਰੇ ਮਾਰ ਮਾਰ ਡੰਡੇ ਨਾ ਤੇਰੀ ਮਾਤਰਾ ਸਜਾ ਦੇਣੀ ਆ, ਮੇਰੇ ਨਾਲ ਮਜ਼ਾਕ ਮਜ਼ੂਕ ਨਾ ਕਰਿਆ ਕਰੋ, ਬੜਾ ਕੱਬਾ ਸੁਭਾਅ ਚੱਕੀ ਫਿਰਦਾ ਮੈਂ, ਬੜਾ ਕੱਬਾ। ਫਿਰ ਉਹ ਤਾਂ ਠੀਕ ਆ, ਹੁਣ ਪੜ੍ਹਾ ਤਾਂ ਦਿਓ ਸਾਨੂੰ। ਯਾਰ ਮੈਂ ਤੁਹਾਡੇ ਨਾਲ ਹੀ ਲੱਗਣਾ। ਕੀ ਹੋ ਗਿਆ ਹੁਣ? ਯਾਰ ਇੱਥੇ ਪੜ੍ਹਾਈ ਨਹੀਂ ਸਹੀ ਹੁੰਦੀ, ਤੁਸੀਂ ਆਪ ਤਾਂ ਪੜ੍ਹ ਲੈਂਦੇ ਯਾਰ, ਮੈਥੋਂ ਨਹੀਂ ਪੜ੍ਹਿਆ ਜਾਂਦਾ। ਓਏ ਭਰਾਵਾ, ਮੈਂ ਇੱਥੇ ਵੀ ਪੜ੍ਹਦਾ, ਮੈਂ ਘਰੇ ਵੀ ਪੜ੍ਹਦਾ ਹਾਂ, ਇੱਕ ਐਪਲੀਕੇਸ਼ਨ ਦੇ ਥਰੂ, ਫੋਨ 'ਚ ਔਨਲਾਈਨ। ਓ ਯਾਰ ਕਿਹੜੀ ਐਪਲੀਕੇਸ਼ਨ ਆ ਇਹ? ਇਹਦਾ ਨਾਮ ਆ ਕੈਂਬਲੀ, ਇੰਡੀਆ ਦੀ ਬਹੁਤ ਵਧੀਆ ਐਲਸ ਵਾਲੀ ਐਪਲੀਕੇਸ਼ਨ ਆ। ਇਹ 1-on-1 ਪ੍ਰਾਈਵੇਟ ਇੰਗਲਿਸ਼ ਕਲਾਸਿਸ ਪ੍ਰੋਵਾਈਡ ਕਰਦੀ ਆ ਫਰੋਮ ਬੈਸਟ ਟਿਊਟਰ, ਜਿਹੜੇ ਕਿ ਹੁੰਦੇ ਆ USA ਤੋਂ, ਕੈਨੇਡਾ ਤੋਂ, UK ਤੋਂ। ਇਹ ਉਹਨਾਂ ਲਈ ਬਹੁਤ ਵਧੀਆ ਜਿਹੜੇ ਲਿਖ ਤਾਂ ਲੈਂਦੇ ਆ, ਪੜ੍ਹ ਤਾਂ ਲੈਂਦੇ ਆ, ਬਟ ਬੋਲਣ ਵਿੱਚ ਸਪੀਕਿੰਗ ਵੇਲੇ ਉਹਨਾਂ ਨੂੰ ਪ੍ਰੋਬਲਮ ਹੁੰਦੀ ਆ, ਉਹਨਾਂ ਦਾ ਕੌਨਫੀਡੈਂਸ ਲਈ ਬਹੁਤ ਵਧੀਆ ਐਪਲੀਕੇਸ਼ਨ ਆ ਇਹ। ਇੱਥੇ ਤੂੰ ਐਲਸ ਦਾ ਕੋਰਸ ਵੀ ਕਰ ਸਕਦਾ, ਨਾਲ ਦੀ ਨਾਲ ਮੋਕ ਸਪੀਕਿੰਗ ਕੋਰਸ ਵੀ ਕਰ ਸਕਦੇ ਹਾਂ, ਤਾਂ ਕਿ ਆਪਣੇ ਜਿਹੜੇ ਟਾਰਗੇਟ ਬੈਂਡ ਆ ਉਹ ਆ ਸਕਣ।
ਜਿਹੜੇ ਕੈਂਬਰੀ ਦੇ ਟਿਊਟਰਸ ਆ ਨਾ ਉਹ ਵੀ ਬਹੁਤ ਫਰੈਂਡਲੀ ਅਤੇ ਸਪੋਰਟਿਵ ਆ, ਉਹ ਆਪਣੀ ਹੈਲਪ ਕਰਾਉਂਦੇ ਅਤੇ ਆਪਣੀ ਪ੍ਰੈਕਟਿਸ ਕਰਾਉਂਦੇ ਤਾਂ ਕਿ ਆਪਣੇ ਐਲਸ ਵਿੱਚੋਂ ਬੈਂਡ ਆ ਸਕਣ। ਆਹ ਦੇਖ ਇਹਦੇ ਵਿੱਚ ਆਪਾਂ ਇਸ ਤਰ੍ਹਾਂ ਇਹਨੂੰ ਖੋਲ੍ਹ ਕੇ ਸਰਚ ਆਪਸ਼ਨ ਵਿੱਚ ਜਾ ਕੇ ਤੁਸੀਂ ਦੇਖ ਸਕਦੇ ਹੋ ਬਹੁਤ ਸਾਰੇ ਟੀਚਰਸ ਨੇ ਇੱਥੇ, ਤੁਸੀਂ ਕਿਸੇ ਨੂੰ ਵੀ ਸਿਲੈਕਟ ਕਰ ਲੈਣਾ। ਆਈ ਕੇਮ ਹੇਅਰ ਟੂ ਲਰਨ ਅਬਾਊਟ ਪ੍ਰੋਨਾਂਸੀਏਸ਼ਨ। ਹੁਣੇ ਜਾ ਕੇ ਡਾਊਨਲੋਡ ਕਰ ਰਹੇ ਐਪਲੀਕੇਸ਼ਨ, ਲਿੰਕ ਡਿਸਕ੍ਰਿਪਸ਼ਨ ਬਾਕਸ। ਜੇ ਤੂੰ ਆਪਣਾ ਕੂਪਨ ਕੋਡ ਯੂਜ਼ ਕਰੇਗਾ ਨਾ 99Trail, ਤੁਹਾਨੂੰ ਮੇਰੇ ਪੂਰੇ 15 ਮਿੰਟ ਮਿਲ ਜਾਣਗੇ ਸਿਰਫ 99 ਰੁਪਏ ਦੇ ਵਿੱਚ। 15 ਮਿੰਟ 99 ਤੂੰ ਗੱਲ ਕਰ ਸਕਦਾ। ਆਪਾਂ ਇੱਥੇ ਦੇਖਿਆ ਬਹੁਤ ਕੋਸਟਲੀ ਸੀ ਆਪਣਾ ਕੂਪਨ ਕੋਡ ਨਾਲ ਕਿੰਨਾ ਬੈਨੀਫਿਟ ਹੋ ਰਿਹਾ। ਹੁਣੇ ਜਾ ਕੇ ਡਾਊਨਲੋਡ ਕਰ। ਚਲੋ ਹੁਣ ਆਪਾਂ ਪੜ੍ਹੀਏ ਇੱਥੇ ਵੀ। ਚੁੱਪ ਓਏ, ਪਹਿਲਾਂ ਲਿਸਨਿੰਗ ਕਰਦੇ ਆ। ਸਰ ਸਾਨੂੰ ਹੈਡਫੋਨਾਂ ਚੈੱਕ ਕਰਾ ਕੇ ਲਿਆ ਕੇ ਦਿਆ ਕਰੋ, ਸਾਨੂੰ ਆਵਾਜ਼ ਵੀ ਨਹੀਂ ਆਉਂਦੀ ਇਹਨਾਂ ਚੋਂ। ਹਾਂਜੀ, ਏਅਰਪੋਰਟ ਲਿਆ ਕੇ ਦਿਓ ਜੀ, ਮੈਨੂੰ ਤਾਂ ਏਅਰਪੋਰਟ ਲਾਉਣ ਦੀ ਆਦਤ ਆ। ਮੈਨੂੰ ਤਾਂ ਏਅਰਪੋਰਟ ਪ੍ਰੋ ਤੋਂ ਬਿਨਾਂ ਹੀ ਕੋਈ ਸੁਣਦਾ ਹੀ ਨਹੀਂ, ਸਿੱਧੀ ਗੱਲ ਆ ਜੀ। ਜਿਹੜੀ ਉਹ ਥਰਡ ਜਨਰੇਸ਼ਨ ਨਹੀਂ ਆਈ। ਹਾਂ, ਬੈਟਰੀ ਵੱਧ ਕੱਢਦੇ ਜੀ ਉਹ। ਹਾਂ ਜੀ, ਯਾਰ ਮੇਰੀ ਪੱਗ ਵੱਡੀ ਹੈਡਫੋਨ ਹੀ ਲੱਗਦੇ ਯਾਰ, ਉਹਦਾ ਦਿਮਾਗ ਵੀ ਮੋਟਾ ਵਾ, ਘੜੀ ਜੀ ਸ਼ਕਲ ਵਾਲੇ ਦਾ। ਸਰ ਆਵਾਜ਼ ਨਹੀਂ ਆਉਂਦੀ ਜੀ। ਅੱਲਿਆ ਮੇਰੇ ਕੰਨ ਤੇ ਲਾ। ਆਹਾ, ਤਾਂ ਮੈਂ ਇਹਦੀ ਸਵਾਦ ਹੀ ਲਿਆਤਾ ਜੀ, ਮੈਂ ਘਰੋਂ ਖਿਜਿਆ ਹੋਇਆ ਆਇਆ ਸੀਗਾ, ਸੋਹਣ ਲੱਗੇ। ਹੋ ਯਾਰ, ਮੇਰਾ ਬਹੁਤ ਦਿਲ ਕਰਦਾ ਬਾਈ ਕਿਸੇ ਕੰਨ ਤੇ ਲਾਉਣ ਦਾ। ਮੈਂ ਕਰਦਾ ਪਹਿਲਾਂ ਪਗਾਟਾ ਕਰਦਾ, ਪਹਿਲਾਂ ਕੌਣ ਲਾਊਗਾ। ਉਹ ਯਾਰ ਪਹਿਲਾਂ ਮੈਂ ਹੀ ਲਾ ਦਿੰਦਾ, ਜ਼ੋਰ ਦੀ ਲਾਈ ਸਾਡੇ ਬੰਦੇ ਦੀ, ਜ਼ੋਰ ਦੀ ਮਾਈ ਤਸੱਲੀ ਕਰਾ ਦੀ ਇਹਦੀ, ਵੱਡੇ ਵੱਡੇ ਘੁੱਟਾਂ ਦੇ ਪਹਿਲਾਂ। ਸਰ ਜੀ, ਮਾੜੀ ਗੱਲ ਐਂ ਕਰਨ ਲਈ ਆ ਸਾਲਿਓ, ਇਹੋ ਜਿਹੇ ਪੰਗੇ ਨਾ ਲਿਆ ਕਰੋ ਮੇਰੇ ਨਾਲ, ਘਰਦਿਆਂ ਨੇ ਪੜ੍ਹਨ ਭੇਜਿਆ, ਚੁੱਪ ਕਰਕੇ ਪੜ੍ਹ ਲਓ। ਆ ਐਲਤਬਾਜ਼ੀ ਨਹੀਂ ਚੱਲਣੀ ਇੱਥੇ। ਸਰ ਦੀ ਆਵਾਜ਼ ਨਹੀਂ ਆ ਰਹੀ ਜੀ, ਗਾਣਿਆਂ ਦੀ ਆਵਾਜ਼ ਉੱਚੀ ਕਰੋ ਜੀ, ਮੁੰਨੀ ਥੋੜ੍ਹੀ ਉੱਚੀ ਬਦਨਾਮ ਹੋਣੀ ਚਾਹੀਦੀ ਹੈ ਜੀ। ਸਾਲਿਓ, ਮੈਂ ਡੀ ਜੇ ਵਾਲਾ। ਫਿਰ ਕਿਉਂ ਤੁਸੀਂ? ਸਾਲਾ ਹਾਈਲਾਈਟ ਟੀਚਰ ਆ। ਓ ਹਾਂ ਸੱਚ, ਉਹਦੇ ਰੱਬ 4:30 ਬੈਂਡ ਆਏ ਆ। ਜਦੋਂ ਲਿਸਨਿੰਗ ਕਰ ਰਹੇ ਹੋ ਸਰ ਜੀ, ਆਵਾਜ਼ ਨਹੀਂ ਆਉਂਦੀ ਬਾਈ ਜੀ। ਹਾਂਜੀ ਸਰ ਜੀ, ਆਵਾਜ਼ ਨਹੀਂ ਆਉਂਦੀ, ਘੱਟ ਆਉਂਦੀ ਹੈ ਜੀ। ਹੋਰ ਕੀ ਸਰ ਜੀ, ਇੰਨਾ ਖਰਚਾ ਕਰਨ ਦੀ ਕੀ ਲੋੜ ਸੀ ਇਸ ਸਪੀਕਰਾਂ 'ਤੇ? ਕੋਈ ਸੋਹਣੀ ਜੀ ਕੁੜੀ ਸਾਡੇ ਨਾਲ ਪਾ ਦਿੰਦੇ, ਜਿਹੜੀ ਬੋਲਦੀ ਅਤੇ ਅਸੀਂ ਲਿਖਦੇ। ਮੈਂ ਕਹਿੰਦਾ ਜੀ, ਇਕੱਲੀ ਇਕੱਲੀ ਗੱਲ ਲਿਖਣੀ ਸੀ ਉਹਦੀ। ਆਰਾਮ ਦਾ ਬੰਦਾ ਹੁੰਦਾ ਜੀ ਤਾਂ ਉਹਦੀ ਗੱਲ ਕੋਈ ਇਗਨੋਰ ਕਰ ਜਾਂਦਾ। ਉਹਦੇ ਦਾ ਪੁੱਤਰ ਹੁੰਦਾ ਜਿਹੜਾ ਉਹਦੀ ਗੱਲ ਨਾ ਸੁਣੇ। ਮੈਂ ਤਾਂ ਵੀਰੇ ਇਕੱਲੀ ਇਕੱਲੀ ਗੱਲ ਸੁਣਨੀ ਸੀ ਉਹਦੀ। ਚੁੱਪ ਕਰ ਦਿਆ ਬਗੈਰ ਤਾਂ। ਨਾ ਕੁੜੀਆਂ ਦੀਆਂ ਗੱਲਾਂ ਕਰਦੇ ਹੋ, ਤੁਹਾਨੂੰ ਕੁਛ ਅੰਗਰੇਜ਼ੀ ਦੇ ਵਿੱਚ ਲਿਖਣਾ ਆਉਂਦਾ? ਇਹ ਤਾਂ ਚੈਲੰਜ ਹੋ ਗਿਆ, ਮਾਸਟਰ ਚੈਲੰਜ ਕਰਦਾ ਆਪਣਾ, ਲਿਖ ਕੇ ਦਿਖਾ ਦੂੰ। ਮੈਨੂੰ ਆਉਂਦੀ ਨਹੀਂ ਅੰਗਰੇਜ਼ੀ ਯਾਰ। ਹਾਂ ਸਰ, ਲਿਖ ਸਕਦਾ ਹੀ ਲਿਖ ਸਕਦਾ, ਹੁਣੇ ਲੈਟਰ ਲਿਖ ਕੇ ਦਿਖਾਉਂਦਾ ਤੁਹਾਨੂੰ, ਪੂਰਾ ਪਿਆਰ ਭਰਿਆ, ਉਹ ਵੀ ਅੰਗਰੇਜ਼ੀ ਦੇ ਵਿੱਚ। ਲਿਖਦੇ ਲਿਖਦੇ ਇੱਕ ਮਿੰਟ। ਲਓ ਜੀ ਲਿਖਤਾ, ਦੇਖੋ। ਓਏ ਆਹ ਕੀ ਲਿਖਿਆ? ਸਰ ਜੀ, ਤੁਹਾਨੂੰ ਅੰਗਰੇਜ਼ੀ ਨਹੀਂ ਆਉਂਦੀ? ਅੰਗਰੇਜ਼ੀ ਲਿਖੀ ਹੋਈ ਹੈ ਇਹ। 14:20 ਦਾ ਮੂਨ ਹੋ, ਤੁਸੀਂ 14:20 ਦਾ ਚੰਨ ਹੋ, ਆਹ ਲਿਖਿਆ ਹੁਣ ਤਾਂ ਅੰਗਰੇਜ਼ੀ ਨਹੀਂ ਆਉਂਦੀ ਜੀ। ਤੁਸੀਂ ਤਾਂ ਮੈਨੂੰ ਬਹੁਤ ਨਲਾਇਕ ਲੱਗਦੇ ਹੋ। We do have to be careful about loud music. ਓਏ ਇਹ ਤੁਹਾਨੂੰ ਮਾਟਰ ਪਾਗਲ ਲੱਗਦਾ, ਤੁਹਾਨੂੰ ਪੜਾਈ ਜਾਂਦਾ ਯਾਰ। ਅੱਧਾ ਘੰਟਾ ਹੋ ਗਿਆ ਗਾਣੇ ਸੁਣੀਆਂ ਦਾ, ਇਹਨੇ ਢਿੱਡ 'ਚ ਪੀੜ ਹੋਈ ਜੀ, ਉਹ ਫਰਨੈਲਾ ਪਈ ਜਾਂਦਾ ਲੋਕਾਂ ਨੂੰ, ਇਹਦਾ ਹੈੱਡਫੋਨ ਹੀ ਲੋਟ ਆਉਂਦਾ। ਤਾਂ ਸਰ ਮਾਟਰ ਵਿਚਾਰਾ ਐਵੇਂ ਫੁੱਦੂ ਤੁਰਿਆ ਫਿਰਦਾ, ਦੱਸੋ ਹੋਏ ਫੁੱਦੂ ਵਾਲੀ ਗੱਲ ਤੂੰ ਪੁੱਛੀ ਹੈ ਕਿ ਦੱਸੀ ਆ ਯਾਰ? ਉਹ ਗੱਲ ਨਹੀਂ ਯਾਰ, ਮਾਟਰ ਪਾਗਲ ਥੋੜ੍ਹੀ ਆਪਣੂੰ ਪੜਾਈ ਜਾਂਦਾ, ਪੜ੍ਹਿਆ ਲਿਖਿਆ ਬੰਦਾ ਉਹ 4:30 ਬੈਂਡ ਵਾਲਾ, ਤੁਸੀਂ ਕੁਛ ਸਮਝਦੇ ਹੀ ਨਹੀਂ ਗਏ ਉਹਨੂੰ ਯਾਰ। ਅੱਧਾ ਘੰਟਾ ਹੋ ਗਿਆ ਮੈਨੂੰ ਗੈਟ ਸਟੋਲਨ ਰਾਊਂਡ ਹੇਅਰ। ਉਹ ਨਹੀਂ ਯਾਰ, ਫਿਰ ਵੀ ਸ਼ਰਮ ਹੋਣੀ ਚਾਹੀਦੀ ਆ ਆਪਣੇ ਵਰਗੇ ਸਟੂਡੈਂਟਸ ਨੂੰ ਯਾਰ। ਹੋ ਗਈ, ਚਲੋ ਕੋਈ ਨਹੀਂ, ਹੋ ਜਾਂਦਾ ਯਾਰ, ਗਲਤੀਆਂ ਹੋਈ ਜਾਂਦੀਆਂ ਇਨਸਾਨ ਤੋਂ, ਕੋਈ ਚੱਕਰ ਨਹੀਂ। ਸਰ ਜੀ, ਲਿਸਨਿੰਗ ਤਾਂ ਹੋ ਗਈ, ਕੋਈ ਹੋਰ ਪੜ੍ਹਾਓ ਹੁਣ ਜੀ।
ਓਏ ਲਿਸਨਿੰਗ ਤੁਸੀਂ ਯੂਟਿਊਬ ਦੇ ਉੱਪਰ ਕਰ ਲਓ ਤੇ ਹੁਣ ਤੁਸੀਂ ਰਾਈਟਿੰਗ ਕਰੋ। ਠੀਕ ਹੈ ਸਰ, ਰਾਈਟਿੰਗ ਕਰ ਲੈਂਦੇ ਹਾਂ ਜੀ। ਫਿਰ ਕਿਹੜਾ ਕਰਨਾ, ਟਾਸਕ 2 ਕੇ 1? ਤੇ ਤੁਹਾਨੂੰ ਪਤਾ ਰਾਈਟਿੰਗ ਦੇ 2 ਟਾਸਕ ਹੁੰਦੇ ਆ, ਤੇ ਹੁਣ ਸਭ ਤੋਂ ਪਹਿਲਾਂ ਆਪਾਂ ਬੋਡੀ ਪਾਰਟ 1 ਕਰਦੇ ਆ। ਇਹ ਕੀ ਹੁੰਦਾ ਇਹ ਬੋਡੀ ਪਾਰਟ? ਪਹਿਲਾਂ ਬੋਡੀ ਦਿਖਾਉਣੀ ਆ, ਫਿਰ ਪਾਰਟ ਲਿਖਣਾ। ਮੈਂ ਕਰਕੇ ਦਿਖਾਉਣਾ। ਅੱਛਾ, ਉਹ ਦੇਖੀ ਤੇਰੀ ਬੱਕੀ ਨਾ ਚੜ ਜੇ। ਇਸ ਤੋਂ ਬਾਅਦ ਆਪਾਂ ਪਾਰਟ ਲਿਖਣਾ। ਓ ਨੋ, ਪਹਿਲਾਂ ਮੈਂ ਵੀ ਹੋਣਾ ਇਹ ਕਰਨਾ ਪੈਣਾ। ਹਰ ਸਾਰੇ ਕਰੋ, ਬੋਡੀ ਗੁੱਸਾ ਕਰ ਜਾਣਾ ਮਾਸਟਰ ਨੇ। ਬੋਡੀ ਨਹੀਂ, ਓਏ ਆ ਕੀ ਕਰਦੇ ਹੋ ਓਏ? ਬੋਡੀ ਦਿਖਾ ਕੇ ਪਾਰਟ ਲਿਖੋ, ਪੀ ਏ ਆਰ ਟੀ। ਸਾਲਿਓ ਇਹ ਜਿਮ ਸਿੱਧੀ ਤਰ੍ਹਾਂ ਕਰੋ। ਹੋਰ ਕਿਹੜਾ ਪਾਰਟ? ਪ੍ਰਾਈਵੇਟ ਪਾਰਟ ਹੋਰ? ਪੀ ਏ ਆਰ ਟੀ, ਇਹ ਤਾਂ ਪਾਰਟੀ ਬਣ ਗਿਆ। ਓਏ ਉਹ ਵਾਈ। ਹਾਂਜੀ ਮਾਸਟਰ ਜੀ। ਕਿ ਰੋਡ ਦੇ ਉੱਪਰ ਐਕਸੀਡੈਂਟ ਹੋ ਰਹੇ ਆ, ਤੇ ਇਹਦਾ ਕੀ ਕਾਰਨ ਆ, ਤੇ ਇਹਨਾਂ ਨੂੰ ਰੋਕਣ ਦੇ ਲਈ ਗਵਰਨਮੈਂਟ ਨੂੰ ਕੀ ਕਰਨਾ ਚਾਹੀਦਾ? ਮੈਂ ਬੋਲਾਂ ਜੀ? ਓ ਹਾਂ, ਤੂੰ ਬੋਲ। ਸਰਕਾਰ ਛੱਡੋ ਜੀ, ਤੁਹਾਡਾ ਬੜਾ ਵੀ ਜ਼ੋਰ ਲਾ ਲਿਆ ਬਿਨਾਂ ਜੀ। ਜਿੰਦੀ ਆਈ ਆਉਂਦੀ ਤਾਂ ਬਈ ਆਈ ਹੋਈ ਆ। ਕਿਉਂ ਵੀ ਤੁਹਾਡੇ ਵੀ ਗਿਣਤੀ ਦੇ ਸਾਹ ਨਹੀਂ, ਤੁਹਾਡਾ ਵੀ ਕੀ ਪਤਾ ਕਦੋਂ ਫੜਕ ਜਾਓ। ਐ ਨਹੀਂ ਹੁੰਦਾ ਜੀ, ਜਿੰਦੀ ਆਈ ਉਹਨੇ ਮਰਨਾ ਹੀ ਮਰਨਾ ਜੀ, ਕੋਈ ਨਹੀਂ ਬਚਾ ਸਕਦਾ ਉਹਨੂੰ। ਕੀ ਪਤਾ ਜੀ, ਪੱਖਾ ਲੈ ਜਿਹੜਾ ਕਦੀ ਇੱਥੇ ਖੜੇ ਖੜੇ ਪੂਰੇ ਹੋ ਜਾਓ। ਹੋ ਸਕਦਾ, ਹੋ ਸਕਦਾ ਠੀਕ ਹੈ ਜੀ, ਹੁਣੀ ਤੁਹਾਡੇ ਲੱਫੜ ਲੁੱਫੜ ਮਾਰ ਦਈਏ। ਮੁੰਡਾ ਜਦ ਦੇਖੋ ਜਿੰਦੀ ਆਈ ਉਹਨੇ ਤਾਂ ਮੇਰੇ ਮਾਰੀ ਜਾਣਾ, ਵੀ ਹੋਰ ਪੁੱਛੋ ਜੀ ਤੁਸੀਂ। ਅਕੜਾ ਦੇ ਮੇਰੇ ਏਡਾ ਮੋਟਾਪਾ ਆ, ਉਹਦੇ ਸਿਰ 'ਚ ਵਾਦੀਆਂ ਨੇ ਫੁੜ ਕੇ ਆਣਾ। ਸਹੀ ਗੱਲ ਹੈ, ਉਹਦੇ ਹੱਥਾਂ। ਸਹੀ ਗੱਲ, ਉਹ ਹੋਰ ਪੁੱਛੋ ਜੀ ਸਾਨੂੰ, ਇਹ ਸਾਨੂੰ ਪਸੰਦ ਨਹੀਂ ਆਇਆ। ਹਾਂ ਹੋਰ ਪੁੱਛੋ। ਚਲੋ ਇਹ ਸਭ ਛੱਡੋ, ਇਹ ਟੌਪਿਕ ਦੇ ਉੱਪਰ ਆਪਦੀ ਰਾਏ ਦਿਓ ਕਿ ਅੱਜ ਕੱਲ੍ਹ ਕੁੜੀਆਂ ਵੀ ਕੰਮ ਕਰ ਰਹੀਆਂ ਨੇ, ਇਹ ਸਭ ਸਹੀ ਆ ਜਾਂ ਗਲਤ ਆ? ਬਿਲਕੁਲ ਸਰ, ਬਿਲਕੁਲ ਬਿਲਕੁਲ ਕਰਨਾ ਚਾਹੀਦਾ ਜੀ, ਮੈਂ ਤਾਂ ਕੁੜੀਆਂ ਦੇ ਹੱਕ 'ਚ ਆ। ਬਿਲਕੁਲ ਸਹੀ, ਇੱਦਾਂ ਦੇ ਨੌਜਵਾਨ ਚਾਹੀਦੇ ਆ ਆਪਣੇ ਦੇਸ਼ ਨੂੰ। ਚੱਲ ਤੂੰ ਦੱਸ ਪੁੱਤ, ਇੱਦਾਂ ਕਿਉਂ ਕਰਨਾ ਚਾਹੀਦਾ? ਦੇਖੋ ਜੀ, ਕਈ ਵਾਰੀ ਬੰਦੇ ਦਾ ਨਹੀਂ ਮੂਡ ਹੁੰਦਾ ਕੰਮ ਕਰਨ ਨੂੰ, ਸਾਨੂੰ 100 ਕੰਮ ਹੁੰਦੇ ਨੇ, ਗੇੜੀਆਂ ਮਾਰਨੀਆਂ, ਕੁੜੀਆਂ ਛੇੜਨੀਆਂ, ਜੂਆ ਜਵਾ ਖੇਡਣਾ। ਸਾਡਾ ਵੀ ਦਿਲ ਕਰਦਾ ਸਾਡੀ ਘਰ ਲਈ ਸਾਨੂੰ ਸ਼ਾਮ ਨੂੰ ਲਿਆ ਕੇ ਪੈਸੇ ਦੇਵੇ, ਅਤੇ ਅਸੀਂ ਜਾ ਕੇ ਸਕੂਟਰ ਦੀ ਕਿੱਕ ਮਾਰ ਕੇ ਪਊਗਾ ਪੂਗਾ ਲੈਣ ਜਾਈਏ। ਕਿਉਂ ਨਹੀਂ, ਸਕੂਟਰ ਦੀ ਕਿੱਕ ਨਹੀਂ ਮੰਨ ਤਾ ਟੇਢਾ ਕਰਨਾ ਫਿਰ? ਕੰਮ ਤਾਂ ਕਰਦੇ ਨਹੀਂ, ਪੈਸੇ ਪੂਸੇ ਤਾਂ ਹੈ ਨਹੀਂ ਤੇਲ ਲਈ। ਤਾਂ ਜੀ ਮੈਂ ਤਾਂ ਬਿਲਕੁਲ ਐਗਰੀ ਹਾਂ ਜੀ, ਬਾਕੀ ਤੁਸੀਂ ਆਪਦਾ ਦੇਖੋ। ਉਹ ਦਮਾ ਤੈਨੂੰ ਬਣਾ ਕੇ ਚਾਈਨੀਜ਼ ਪੈਗ, ਚੱਲ ਤੂੰ ਦੱਸ। ਦੇਖੋ ਜੀ, ਫਿਰ ਬੰਦਿਆਂ ਨੇ ਕੰਮ ਕਰਨਾ ਛੱਡ ਦੇਣਾ ਵਾ। ਕਿਉਂ ਓਏ? ਬੰਦੇ ਨੂੰ ਫਿਰ ਘਰ ਵਾਲੇ ਕੰਮ ਕਰਨੇ ਪਿਆ ਕਰਨੇ ਆ, ਜਿਵੇਂ ਕਿ ਝਾੜੂ ਹੋ ਗਿਆ, ਪੋਚਾ ਹੋ ਗਿਆ, ਭਾਂਡੇ ਮਾਂਜਣੇ ਪਿਆ ਕਰਨੇ ਆ। ਇਹ ਤਾਂ ਕੰਮ ਮੈਂ ਜਮਾ ਹੀ ਨਹੀਂ ਕਰ ਸਕਦਾ। ਇਹ ਤਾਂ ਮੈਂ ਵੀ ਨਹੀਂ ਸੋਚਿਆ ਜੀ, ਨਹੀਂ ਮੈਂ ਵੀ ਡਿਸਐਗਰੀ ਹਾਂ ਜੀ। ਆਈ ਵਿਲ ਡਿਸਐਗਰੀ। ਚਲੋ ਛੱਡੋ ਬੱਚਿਓ, ਇਹ ਛੱਡੋ, ਹੁਣ ਆਪਾਂ ਗੱਲ ਕਰਦੇ ਹਾਂ ਸਪੀਕਿੰਗ ਦੀ। ਵਾਟ ਇਜ਼ ਯੂਅਰ ਨੇਮ? ਨਾਮ ਸਰ ਜੀ, ਨਾਮ ਹੈ ਛਿੰਚਾ। ਛਿੰਚਣਾ? ਛਿੰਚਾ ਨਾ ਕਹਿ ਰਹੀ ਥੋੜ੍ਹੇ ਟਾਈਮ ਤੱਕ, ਛਿੰਚਾ। ਅੱਛਾ, ਛਿੰਚਣਾ ਹੈ ਤੂੰ, ਸ਼ਕਲ ਤੇਰੀ ਛੁੰਛਣੇ ਵਰਗੀ ਹੋਈ ਆ। ਉਹ ਸਿੱਧੀ ਤਰ੍ਹਾਂ ਬੋਲ ਓਏ, ਬੰਦਾ ਬਣ ਗਿਆ ਤੂੰ। ਜੇ ਸਾਡੇ ਬਾਰੇ ਪੁੱਛਣਾ ਤਾਂ ਪੁੱਛ ਹੀ ਵੱਡੇ ਬੇਲੀਆਂ ਤੋਂ। ਉਹ ਮੈਂ ਤੇਰੇ ਥੱਪੜ ਮਾਰਨਾ ਸਾਲਿਆ, ਤੂੰ ਇੱਥੇ ਪੜਨ ਆਇਆ ਕਿ ਕਬਜ਼ਾ ਲੈਣ ਆਇਆ? ਉਹ ਤੂੰ ਗਾਣਾ ਸੁਣਿਆ ਉਹ? ਚੱਕਲ ਹੋਏ ਵਾਲ ਵਾਲੇ ਬਾਬਾ ਨਾ ਵੀ ਕਬਜ਼ਾ ਲੈਣ ਆਏ। ਚੱਕਲ ਓਏ ਚੱਕਲ। ਸੋਰੀ ਸਰ ਜੀ, ਓਏ ਆਪਦੇ ਡੈਡੀ ਦਾ ਨੰਬਰ ਦੇ। ਮੇਰੇ ਡੈਡੀ ਦਾ ਫੋਨ ਖਰਾਬ ਆ ਜੀ। ਤੇਰੇ ਤਾਂ ਡੈਡੀ ਦੀ ਕਿਸਮਤ ਵੀ ਖਰਾਬ ਆ ਜਿਹਨੇ ਤੈਨੂੰ ਜੰਮਿਆ। ਓਏ ਚੁੱਪ ਕਰ ਜਾ ਓਏ। ਫਿਰ ਤੁਹਾਨੂੰ ਹੁਣ ਇਹ ਦੱਸੋ, ਤੁਹਾਡੇ ਕਿੰਨੇ ਬੈਂਡ ਆਏ ਸੀਗੇ ਪਹਿਲਾਂ? ਓ ਛੱਡੋ, ਮੇਰੀ ਰੀਸ ਕਿੱਥੇ ਕਰ ਲਓਗੇ ਤੁਸੀਂ? ਦੱਸੋ ਦੱਸੋ ਸਰ ਜੀ। 5.5।
ਤਾਂ ਇਹ ਸਾਡੀ ਅੱਜ ਦੀ ਵੀਡੀਓ ਕਿੱਦਾਂ ਲੱਗੀ ਜ਼ਰੂਰ ਦੱਸੋ ਲਾਈਕ ਸ਼ੇਅਰ ਸਬਸਕ੍ਰਾਈਬ ਕਰਕੇ ਅਤੇ ਸਬਸਕ੍ਰਾਈਬ ਕਰਕੇ ਬੈੱਲ ਆਈਕਨ ਨੂੰ ਦਬਾ ਲਿਓ ਇਸ ਤਰ੍ਹਾਂ ਦੀ ਵੀਡੀਓਜ਼ ਹੋਰ ਦੇਖਣ ਲਈ ਬਿਕੋਜ਼ ਯਾਰ ਰੇਸ਼ੋ ਹੋ ਜਾਂਦਾ ਘੱਟ ਆ ਸਬਸਕ੍ਰਾਈਬ ਨਹੀਂ ਕਰਦੇ ਸਾਰੇ ਯਾਰ ਮਤਲਬ ਵੀਡੀਓ ਦੇਖ ਕੇ ਚੱਲ ਜਾਂਦਾ ਮਿਹਨਤ ਬਹੁਤ ਜ਼ਿਆਦਾ ਲੱਗਦੀ ਸਬਸਕ੍ਰਾਈਬ ਕਰਦੇ ਕਰੋ ਤਾਂ ਥੈਂਕ ਯੂ ਸੋ ਮੱਚ ਫੋਰ ਵਾਚਿੰਗ ਅਵਰ ਦਿਸ ਵੀਡੀਓ।